ਹਾਂਜੀ ਕਿਸਾਨ ਭਰਾਵੋ, ਕੀ ਹਾਲ ਚਾਲ? ਅਤੇ ਅੱਜ ਲੱਗੇ ਸੀਗੇ ਕਣਕ ਬੀਜਣ, ਆਹੀ ਦੋ ਖੇਤ ਰਹਿ ਗਏ, ਤਿੰਨ ਖੇਤ ਆਲੂਆਂ ਦੀ ਪਟਾਈ ਵਾਲੀ ਬਿਜਾਈ ਦੇ, ਕਣਕ ਦੇ ਵਾਹ ਗਏ ਲੱਗੇ ਆ ਬੀਜਣ, ਬਾਕੀ ਸਾਰੀ ਬੀਜ ਹੋ ਗਈ ਆ ਕੱਚੀ ਪਟਾਈ ਦੀ ਕਣਕ ਤਾਂ। ਰੇਟ ਵੀ ਵਧੀਆ ਲੱਗ ਗਿਆ ਆਲੂ ਦਾ, 1300-1250। ਅਤੇ ਹੁਣ ਆਹ ਦੋ ਤਿੰਨ ਖੇਤ ਰਹਿ ਗਏ ਸੀ ਬੀਜਣ ਨੂੰ, ਇਹ ਬੀਜ ਕੇ ਅਤੇ ਹੋ ਜਾਣਾ ਵਿਹਲੇ। ਪਾਣੀ ਲੱਗਦਾ ਪਿਆ ਕਣਕ ਨੂੰ ਪਹਿਲਾਂ, ਅਤੇ ਹੁਣ ਬੀਜ ਪਾਉਂਦੇ ਹਾਂ ਅਤੇ ਆਊਗਾ ਪਿੱਛੇ ਟਰੈਕਟਰ ਨਾਲੋਂ ਨਾਲ। ਲਓ ਜੀ ਖੇਤ ਵਾਹ ਹੋ ਗਿਆ, ਆਹ ਵਾਲੇ ਦੋ ਕੁ ਖੇਤ ਸੀਗੇ ਅਤੇ ਡੇਢ ਕੁ ਖੇਤ ਹੋਰ ਪਿਆ ਪਾਉਣ ਨੂੰ, ਉਹ ਵਾਹ ਕੇ ਫਿਰ ਚੱਲਦੇ ਹਾਂ ਆਪਾਂ। ਅਤੇ ਸੁਪਰ ਸੀਡਰ ਪਿੱਛੇ ਆਉਂਦਾ ਹੀ ਆ, ਉਹ ਫਿਰ ਨਾਲ ਨਾਲ ਕਣਕ ਬੀਜ ਹੋ ਜੂਗੀ। ਬਾਕੀ ਜਿਹੜੇ 10 ਕੁ ਖੇਤ 12 ਖੇਤ ਵਾ ਉਹ ਵਾਹੇ ਨਹੀਂ, ਐਦੀ ਬੀਜਤੇ ਸੀ ਕਣਕ ਦੇ ਆਲੂਆਂ ਦੇ, ਐਦੀ ਸੁਪਰ ਸੀਡਰ ਨਾਲ ਬੀਜਤੇ ਸੀ, ਉਹ ਵਾਹੁਣ ਦੀ ਲੋੜ ਹੀ ਨਹੀਂ ਤੀ ਉਹਨਾਂ ਨੂੰ। ਆਹ ਥੋੜ੍ਹੇ ਜਿਹੇ ਵਾਹੇ ਆ ਤਿੰਨ ਕੁ ਖੇਤ ਅੱਜ, ਅਤੇ ਅੱਜ ਫਿਰ ਕਣਕ ਦਾ ਹੁਣ ਤੱਕ ਦਾ ਖਤਮ ਆ, ਪੱਕੀ ਪਟਾਈ ਦਾ ਰਹਿ ਜੂਗੇ। ਬੀ ਆ ਗਿਆ ਵਾ ਘਰ ਦਾ ਬੀ ਆ ਜਿਹੜਾ ਬੀਜਣਾ ਇੱਥੇ, ਅਤੇ ਆ ਖੜਾ ਜੋਂਡੀਅਰ ਆਪਣਾ। ਲਓ ਜੀ ਬਹਾਈ ਦਾ ਕੰਮ ਹੋ ਗਿਆ ਖਤਮ, ਅਤੇ ਹੁਣ ਤਲੀਆਂ ਕਰਦੇ ਹਾਂ ਬੰਦ, ਚੱਲਦੇ ਹਾਂ ਅਸੀਂ ਖੇਤਾਂ ਨੂੰ ਇਹ ਘਰ ਨੂੰ, ਅਤੇ ਉੱਧਰ ਲੱਗੇ ਉਹ ਬੀਜਣ, ਟਰੈਕਟਰ ਆ ਗਿਆ ਵਾ, ਅੱਜ ਬਿਜਾਈ ਦਾ ਕੰਮ ਖਤਮ ਹੋ ਜਾਣਾ। ਫਿਰ ਆਉਂਦੇ ਹਾਂ ਥੋੜ੍ਹੀ ਜਿਹੀ ਬਿਜਾਈ ਦੀ ਵੀ ਵੀਡੀਓ ਬਣਾ ਕੇ, ਮਿਲਾਂਗੇ ਕੋਈ ਹੋਰ ਬਲੌਗ 'ਚ, ਜੁੜੇ ਰਹੋ। ਆਹ ਵਾਲੇ ਖੇਤਾਂ 'ਚ ਆਲੂਆਂ ਦੀ ਵੀਡੀਓ ਮੈਂ ਥੋੜ੍ਹੀ ਜਿਹੀ ਬਣਾਈ ਸੀਗੀ, ਆਲੂ ਪੱਟੇ ਸੀਗੇ, 6 ਆਲੂ ਨਿਕਲਦੇ ਸੀ ਇੱਕ ਮੇਲ ਥੱਲਿਓ, ਉਹ ਵੀ ਕਰਦਾ ਐਡ ਕਲਿੱਪ ਥੋੜ੍ਹੀ ਜਿਹੀ। ਅਤੇ ਇੱਧਰ ਕਣਕ ਬੀਜਤੀ ਉਹ ਸਾਰੀ ਆਪਾਂ, ਆਹ ਸਾਰੀ ਕਣਕ ਬੀਜ ਹੋ ਗਈ ਉਹ ਆ, ਅਤੇ ਆਹ ਰਹਿ ਗਏ ਸੀਗੇ, ਅਤੇ ਥੋੜ੍ਹਾ ਜਿਹਾ ਗਿੱਲ ਸੀਗੀ, ਪਾਣੀ ਛੱਡਤਾ ਸੀ ਬੰਦਿਆਂ ਨੇ ਇੱਧਰ ਆਲੂਆਂ ਨੂੰ, ਤਾਂ ਕਰਕੇ ਲੇਟ ਪਟਾਈ ਕੀਤੀ। ਆਹ ਸਾਰੀ ਕਮਾਦੀ ਬੀਜੀ ਉਹ ਆ, ਸਰੋਂ ਹੋਈ ਉਹ ਵੀ ਆ ਇੱਧਰ, ਅਤੇ ਜਾਂਦੇ ਹਾਂ ਹੁਣ ਸੁਪਰ ਸੀਡਰ ਕੋਲ, ਪਾਉਂਦੇ ਹਾਂ ਉਹਦਾ ਬਲੌਗ ਥੋੜ੍ਹਾ ਜਿਹਾ। ਕਰੋ ਚੈੱਕ ਆਲੂ ਫੇਰ, ਚਾਰ ਪੰਜ ਪੰਜ ਕੇ ਨਿਕਲਦੇ ਨਾ, ਲਓ ਜੀ ਲਾ ਪਿਆ ਬੀਜਣ, ਅਤੇ ਉੱਧਰ ਵੀ ਵਾਹ ਜਾਂਦੇ, ਆਹ ਵੀ ਵਾਹਤੇ ਆ,
ਬਹਾਈ ਦਾ ਕੰਮ ਖਤਮ ਹੋ ਗਿਆ, ਬਿਜਾਈ ਚੱਲਦੀ ਪਈ ਆ। ਇਹ ਵੀ ਹੁਣ 2 ਘੰਟਿਆਂ ਨੂੰ ਮੁੱਕ ਜਾਣਾ ਕੰਮ। ਨੌ ਫੁੱਟ ਦਾ ਸੁਪਰ ਸੀਡਰ ਆ PDC ਵਾਲਿਆਂ ਦਾ, ਪਿਛਲੀ ਵਾਰ ਵੀ PDC ਵਾਲਿਆਂ ਦਾ ਸੀ ਜਿਹੜਾ ਲਿਆ ਸੀਗਾ, ਇਹਨੂੰ ਵੀ 2 ਸਾਲ ਹੋ ਗਏ ਦੇ ਨੂੰ। ਅਗਲੇ ਸਾਲ ਦੇਖਦੇ ਹਾਂ ਚੇਂਜ ਕਰਕੇ। ਜਿਹੜੀ ਉੱਧਰ ਆ ਸਰਕਾਰੀ ਮੋਟਰ ਕੋਲ, ਉਹ ਵੀ ਕਣਕ ਬੀਜ ਹੋ ਗਈ, ਉਹ ਤਾਂ ਕਾਦੀ ਬੀਜੀ ਉਹ, ਉਹਨੂੰ ਤਕਰੀਬਨ ਹੋ ਗਏ ਹੁਣ 2 ਹਫ਼ਤੇ 3 ਹਫ਼ਤੇ ਹੋ ਗਏ, ਹੁਣ 3 ਹਫ਼ਤੇ ਸਭ ਤੋਂ ਪਹਿਲੀ ਬਿਜਾਈ ਹੋਈ ਸੀ, ਅਤੇ ਆਹੀ ਰਹਿ ਗਿਆ ਸੀ ਕੰਮ। ਹੁਣ ਅੱਜ ਕਣਕ ਦਾ ਮੁੱਕ ਜਾਣਾ, ਬਾਅਦ 'ਚ ਜਿਹੜੀ ਪੱਕੀ ਪਟਾਈ ਆ ਉਹ ਕਰਦੇ ਹਾਂ ਆਲੂਆਂ ਦੀ। ਆਹ ਤੁਸੀਂ ਪਿਛਲੇ ਵਲੋਗਾਂ 'ਚ ਦੇਖਿਆ ਹੋਣਾ, ਸੋ ਕਮਾਦ ਦਾ ਪਾਇਆ ਸੀ ਪੂਰਾ ਵਲੋਗ ਬਣਾ ਕੇ। ਸਰੋਂ ਤਾਂ 100 ਰੁਪਈਆ ਕਮਾਦ ਹੁਣ ਹੋਊਗੀ, ਅਤੇ ਇੱਧਰ ਆਹ ਲੈਣ ਬੀਜਤੀ ਸੀ ਆਲੂ ਪੱਟ ਕੇ ਪਹਿਲਾਂ, ਆਹ ਰਹਿ ਗਈ ਸੀ ਆਹ ਵਾਲੀ, ਇਹ 'ਚ ਪਾਣੀ ਛੱਡਤਾ ਸੀ ਬੰਦਿਆਂ ਨੇ, ਗਿੱਲ ਬਹੁਤ ਸੀਗੀ, ਅਤੇ ਹੁਣ ਪੱਟੇ ਪਾਸੋਂ ਅਤੇ ਰੇਟ ਥੋੜ੍ਹਾ ਜਿਹਾ ਡਿੱਗ ਗਿਆ ਸੀ, ਪਹਿਲਾਂ 1300-1300 ਲੱਗੇ, ਹੁਣ ਫਿਰ ਵੀ 20 ਲੱਗੇ, 1100 ਨੂੰ ਲੱਗੇ ਹੁਣ ਰੇਟ। ਅਤੇ ਬਲੋਗ ਦਾ ਆਲੂ ਵਾਲਾ ਪਾਣੀ ਹੋਇਆ ਚੰਗੀ ਤਰ੍ਹਾਂ, ਅਤੇ ਕੁਛ ਟਾਈਮ 'ਚ ਉੱਧਰ ਹੀ ਕੰਮਾਂ 'ਚ ਬਿਜ਼ੀ ਰਹੇ। ਹੁਣ ਪਾਵਾਂਗੇ ਹੋਰ ਵਲੋਗ ਵਧੀਆ ਜਿਹਾ ਬਣਾ ਕੇ, ਦੇਖਦੇ ਹਾਂ, ਅਤੇ ਮਿਲਾਂਗੇ ਕਿਸੇ ਹੋਰ ਵਲੋਗ 'ਚ, ਜੁੜੇ ਰਹੋ।